विच लिखिया योहन्ना दी किताब दे विच कहिंदा परमेश्वर ने जगत नाल इन्ना प्यार किया कि अपने इकलौते दा भी सरफा नहीं किया, उन्हें अपना इकलौता पुत्र दे दिता। हालेलुया। इक्को ही अपना इकलौता, इकलौते का मतलब हुंदा इक्को, जड़ा एक ही सीगा, उन्हें जगत लई दे दिता। किन्ने जने यकीन करदे आ कि जगत लई दे दिता? प्रभु यीशु मसीह जी जगत लई आए। थैंक यू। परमेश्वर ने एक पुत्र दिता, और सिद्धांत ने जो एक यूनिवर्स का सिद्धांत परमेश्वर ने ठहराया है, दियो ते तुहानू दिता जाएगा। परमेश्वर ने एक पुत्र दिता, ते नाल वचन दे विच की लिखा होया कहिंदा जिन्ने भी परमेश्वर नू मानदे आ, प्रेम करदे, परमेश्वर ने उन्हां नू अपने धीआं अते पुत्र होण दा हक दे दिता। एक पुत्र दे के दुनिया दी तीन गुणा आबादी नू परमेश्वर ने अपने पुत्र बना लिया। हालेलुया, हालेलुया। असी किन्नी बरकत देण दा इख्तियार रखदा, किन्नी बरकत दे सकदा, जे असी कहीए कि असी एक बीज के सौ लै लांगे, सौ बीज के हजार लै लांगे, नहीं, उहदे हिसाब दा तां अंत ही नहीं पाया जा सकदा। ਉਹ ਤੁਹਾਨੂੰ ਕਿੰਨਾ ਕੁ ਬਲੈਸ ਕਰ ਸਕਦਾ ਨਾ, ਉਹਦੇ ਹਿਸਾਬ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਡਿਪੈਂਡ ਕਰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਕਿੰਨਾ ਦਿੱਤਾ, ਔਰ ਤੁਸੀਂ ਕਿਸ ਹਿਸਾਬ ਨਾਲ ਦੇ ਰਹੇ ਹੋ। ਜਦੋਂ ਦੇਣ ਦੀ ਵਾਰੀ ਆਉਂਦੀ ਹੈ ਨਾ, ਵੈਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਲੈ ਕੇ ਆਉਂਦਾ। ਕਈ ਉਹਨੇ ਬੜੇ ਪੜ੍ਹੇ ਲਿਖੇ ਲੋਕਾਂ ਨੂੰ, ਸਮਝਦਾਰ ਜਿਹੜੇ ਆਪਣੇ ਆਪ ਨੂੰ ਧਰਤੀ ਦੇ ਹਿਸਾਬ ਦੇ ਨਾਲ ਜਿਹੜੇ ਗੁਣੀ ਗਿਆਨੀ ਆ, ਉਹਨਾਂ ਨੂੰ ਉਹਨੇ ਖੜੇ ਕੀਤਾ ਵੈਰੀ ਨੇ, ਅੱਖਰ ਦੇ ਕੇ ਕਿ ਤੁਸੀਂ ਲੋਕਾਂ ਨੂੰ ਭਰਮਾਓ, ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕ੍ਰੀਏਟ ਕਰੋ ਕਿ ਦੇਣ ਤੋਂ ਇਹ ਖੁੰਝ ਜਾਣ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਅਮੀਰ ਹੋਣ। ਪਰ ਇਹ ਸਿਧਾਂਤ ਜਿਹੜਾ ਦੇਣ ਦਾ ਆ, ਉਹ ਕੰਮ ਕਰਦਾ ਆ। ਅਬਰਾਹਮ ਨੂੰ ਕਿਹਾ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਬਾਹਰ ਆ ਜਾ, ਬਾਹਰ ਆ ਜਾ ਗੱਲ ਸੁਣਨ ਦੇ ਲਈ ਨਹੀਂ, ਮਤਲਬ ਸਭ ਛੱਡ ਕੇ ਨਿਕਲ ਆ ਆਪਣੇ ਕੁਲ ਚੋਂ, ਆਪਣੇ ਘਰਾਣੇ ਚੋਂ, ਆਪਣੇ ਪਿਤਾ ਦੇ ਘਰ ਚੋਂ, ਉਹ ਚੀਜ਼ਾਂ ਜਿਹੜੀਆਂ ਬੜੀਆਂ ਬਣਾਈਆਂ ਆ ਉਹਨਾਂ ਸਭ ਨੂੰ ਛੱਡ ਦੇ। ਉਹਨੇ ਪਰਮੇਸ਼ਵਰ ਦੀ ਆਵਾਜ਼ ਸੁਣੀ, ਉਹ ਨਿਕਲ ਆਇਆ। ਪ੍ਰਭੂ ਲੈ ਕੇ ਕਿੱਥੇ ਗਏ ਉਹਨੂੰ? ਇੱਕ ਡਰਾਈ ਪਲੇਸ ਦੇ ਵਿੱਚ, ਇੱਕ ਖੁਸ਼ਕ ਜਿਹੀ ਜਗ੍ਹਾ ਜਿੱਥੇ ਕੋਈ ਰੁੱਖ ਬੂਟੇ ਨਹੀਂ, ਕੋਈ ਖੂਹ ਨਹੀਂ, ਕੋਈ ਨਦੀ ਨਹੀਂ ਵਹਿ ਰਹੀ ਉੱਥੇ, ਕੋਈ ਬਹੁਤ ਉਪਜਾਊ ਭੂਮੀ ਨਹੀਂ। ਪਰ ਅਬਰਾਹਮ ਪਿੱਛੇ ਨਹੀਂ ਮੁੜਿਆ ਕਿ ਮੇਰੇ ਪਿਓ ਦੇ ਘਰ ਦੇ ਵਿੱਚ ਸਭ ਕੁਛ ਬਣਿਆ ਬਣਾਇਆ ਸੀਗਾ, ਸਾਰੇ ਇੰਤਜ਼ਾਮ ਸੀਗੇ, ਸਭ ਲੋਕ ਮੈਨੂੰ ਜਾਣਦੇ ਸੀ ਉਸ ਪਿੰਡ ਦੇ ਵਿੱਚ। ਪ੍ਰਭੂ ਮੈਨੂੰ ਕਿੱਥੇ ਲੈ ਆਏ? ਹੋ ਸਕਦਾ ਹੈ ਕਿਤੇ ਮੇਰੇ ਦਿਲ ਦੀ ਆਵਾਜ਼ ਨਾ ਹੋਏ, ਪਤਾ ਨਹੀਂ ਇਹ ਪਰਮੇਸ਼ਵਰ ਦੀ ਆਵਾਜ਼ ਹੈ ਵੀ ਕਿ ਨਹੀਂ। ਪਰ ਉਹਨੂੰ ਪਤਾ ਆ ਕਿ ਅਗਰ ਪਰਮੇਸ਼ਵਰ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਏ ਆ ਨਾ, ਤਾਂ ਇੱਕ ਵੱਡੀ ਯੋਜਨਾ ਆ। ਉਹ ਉਸ ਜਗ੍ਹਾ ਤੇ ਠਹਿਰਿਆ ਜੋ ਪਰਮੇਸ਼ਵਰ ਨੇ ਉਹਦੇ ਲਈ ਠਹਿਰਾਈ ਸੀ, ਜਿੱਥੇ ਪਾਣੀ ਵੀ ਨਹੀਂ ਸੀ। ਇੱਕ ਬਹੁਤ ਜੱਦੋ ਜਹਿਦ ਕੀਤੀ ਉਹਨਾਂ ਲੋਕਾਂ ਨੇ, ਖੂਹ ਪੱਟਿਆ ਔਰ ਪਰਮੇਸ਼ਵਰ ਨੇ ਬਲੈਸ ਕੀਤਾ, ਉਸ ਖੂਹ ਚੋਂ ਪਾਣੀ ਨਿਕਲਿਆ। ਉਸ ਖੂਹ ਦੇ ਪਾਣੀ ਨਾਲ ਜਦੋਂ ਉਹਨਾਂ ਨੇ ਜ਼ਮੀਨ ਨੂੰ ਸਿੰਜਣਾ ਸ਼ੁਰੂ ਕੀਤਾ, ਪ੍ਰਭੂ ਨੇ ਉਸ ਬੀਆਬਾਨ ਨੂੰ ਆਬਾਦ ਕਰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਸਮ ਟਾਈਮਸ ਸਾਡੇ ਨਾਲ ਇਦਾਂ ਹੁੰਦਾ ਕਿ ਅਸੀਂ ਵਚਨ ਦੇ ਦੁਆਰਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ, ਅਸੀਂ ਉਸ ਐਕਟੀਵਿਟੀ ਨੂੰ ਕਰਦੇ, ਉਸ ਕੰਮ ਨੂੰ ਕਰਦੇ ਹਾਂ ਜੋ ਵਚਨ ਦੇ ਅਨੁਸਾਰ ਆ, ਪਰ ਜਦੋਂ ਅਸੀਂ ਉਹ ਕੰਮ ਕਰ ਹਟਦੇ, ਸਾਨੂੰ ਇੱਕ ਡਰਾਈ ਪਲੇਸ ਨਜ਼ਰ ਆਉਂਦੀ ਆ, ਇੱਕ ਖੁਸ਼ਕ ਜ਼ਮੀਨ ਨਜ਼ਰ ਆਉਂਦੀ ਆ, ਔਰ ਸਾਨੂੰ ਲੱਗਦਾ ਸੁਪਨਾ ਤੇ ਸਾਨੂੰ ਕੁਛ ਹੋਰ ਵਿਖਾਇਆ ਸੀ, ਨਜ਼ਰ ਕੁਛ ਹੋਰ ਆ ਰਿਹਾ ਆ। ਪਰ ਉਸ ਜਗ੍ਹਾ ਤੇ ਠਹਿਰੇ ਰਹੋ ਔਰ ਆਪਣੀ ਬਰਕਤ ਨੂੰ ਕਲੇਮ ਕਰਦੇ ਰਹੋ, ਔਰ ਆਪਣੇ ਦਿਲ ਵਿੱਚ ਆਪਣੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ, ਪ੍ਰਭੂ ਉਸੇ ਉਜਾੜ ਨੂੰ ਤੁਹਾਡੇ ਲਈ ਆਬਾਦ ਕਰ ਦੇਣਗੇ। ਹਾਲੇਲੂਇਆ। ਉਸੇ ਬੀਆਬਾਨ ਵਿੱਚ ਪ੍ਰਭੂ ਤੁਹਾਡੇ ਲਈ ਨਦੀਆਂ ਵਹਾਉਣਗੇ। ਹਾਲੇਲੂਇਆ। ਉਹ ਹੰਨਾ ਜਿਹਦੇ ਕੋਲੇ ਬੱਚਾ ਨਹੀਂ ਸੀ, ਉਸੇ ਕੁੱਖ ਨੂੰ ਪਰਮੇਸ਼ਵਰ ਨੇ ਹਰੇ ਭਰੇ ਕੀਤਾ, ਉਹਨੂੰ ਇੱਕ ਨਹੀਂ ਪਰ ਕਈ ਔਲਾਦਾਂ ਦਿੱਤੀਆਂ। ਹਾਲੇਲੂਇਆ। ਪਰਮੇਸ਼ਵਰ ਸਭ ਕੁਛ ਕਰਨ ਦੀ ਸਮਰੱਥ ਰੱਖਣ ਵਾਲੇ ਪਰਮੇਸ਼ਵਰ, ਔਰ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਮੈਂ ਸਾਰੇ ਦਸਵੰਦ ਮੇਰੇ ਮੋਦੀਖਾਨੇ ਵਿੱਚ ਲਿਆਓ,
ਤਾਂ ਜੋ ਕੀ ਹੋਵੇ ਤੁਹਾਡੇ ਲਈ ਬਹੁਤਾ ਹੋਵੇ। ਪ੍ਰਭੂ ਕਹਿੰਦੇ ਮੈਂ ਆਕਾਸ਼ ਦੇ ਦਰਵਾਜ਼ੇ ਖੋਲ ਦਿਆਂਗਾ, ਅਸਮਾਨੀ ਚਰੋਖੇ ਖੋਲ ਦਿਆਂਗਾ ਔਰ ਬਰਕਤਾਂ ਨੂੰ ਤੁਹਾਡੇ ਲਈ ਵਰਾ ਦਿਆਂਗਾ। ਮਲਾਕੀ ਦੀ ਕਿਤਾਬ ਦੇ ਵਿੱਚ ਉਹਦੇ 3 ਅਧਿਆਏ ਚ ਦਾ ਲਿਖਿਆ ਹੋਇਆ ਹੈ। ਤਾਂ ਅਸੀਂ ਹਰ ਚੀਜ਼ ਦੀ ਆਫਰਿੰਗ ਪਰਮੇਸ਼ਵਰ ਦੇ ਘਰ ਦੇ ਵਿੱਚ ਵਫਾਦਾਰੀ ਦੇ ਨਾਲ ਲੈ ਕੇ ਆਉਣੀ ਹੈ, ਬਿਨਾਂ ਕਿਸੇ ਮਨੁੱਖ ਦੀ ਗੱਲ ਵੱਲ ਗੌਰ ਕੀਤਿਆਂ, ਬਿਨਾਂ ਉਹਨਾਂ ਨੈਗੇਟਿਵ ਥੌਟਸ ਤੇ ਗੌਰ ਕੀਤਿਆਂ ਜਿਹੜੇ ਵੈਰੀ ਵੱਲੋਂ ਸਾਡੇ ਦਿਲ ਵਿੱਚ ਉੱਠਦੇ ਆ, ਬਹਿੰਦੇ ਆ, ਉੱਠਦੇ ਆ, ਬਹਿੰਦੇ ਆ, ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਰੱਖਦਿਆਂ ਹੋਇਆਂ ਹਰ ਚੀਜ਼ ਦੀ ਆਫਰਿੰਗ, ਹਰ ਚੀਜ਼ ਦੀ, ਰਸੋਈ ਦੇ ਸਮਾਨ ਦੀ ਆਫਰਿੰਗ, ਪੈਸੇ ਦੀ ਆਫਰਿੰਗ, ਸਮਾਂ ਦਿਓ ਪਰਮੇਸ਼ਵਰ ਨੂੰ, ਆਪਣਾ ਦਿਲ ਦਿਓ ਪਰਮੇਸ਼ਵਰ ਨੂੰ, ਆਪਣੇ ਧੀਆਂ ਪੁੱਤਰ ਦਿਓ ਪਰਮੇਸ਼ਵਰ ਨੂੰ, ਆਪ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਕੰਮ ਕਰੋ, ਸੇਵਾ ਕਰੋ, ਜਿਸਮ ਦੀ ਵੀ ਆਫਰਿੰਗ ਦਿਓ, ਹਰ ਚੀਜ਼ ਜਿਹਦੇ ਵਿੱਚ ਤੁਸੀਂ ਬਲੈਸ ਹੋਣਾ ਚਾਹੁੰਦੇ ਆ ਉਹਦੀ ਆਫਰਿੰਗ ਦਿਓ। ਅਗਰ ਤੁਸੀਂ ਚਾਹੁੰਦੇ ਆ ਤੁਸੀਂ ਲੰਮਾ ਜੀਵਨ ਜੀਓ ਤਾਂ ਆਪਣੇ ਜਿਸਮ ਦਾ ਜ਼ੋਰ ਪਰਮੇਸ਼ਵਰ ਦੇ ਕੰਮਾਂ ਲਈ ਇਸਤੇਮਾਲ ਕਰੋ। ਜਦੋਂ ਇਸ ਜਿਸਮ ਦੇ ਜ਼ੋਰ ਨੂੰ ਪਰਮੇਸ਼ਵਰ ਦੇ ਕੰਮ ਦੇ ਲਈ ਇਸਤੇਮਾਲ ਕਰੋਗੇ ਇਹ ਜ਼ੋਰ ਬਲੈਸ ਹੋਏਗਾ। ਜਦੋਂ ਤੁਸੀਂ ਇੱਕ ਦਿਨ ਪਰਮੇਸ਼ਵਰ ਦੇ ਲਈ ਇਸਤੇਮਾਲ ਕਰੋਗੇ ਉਹ ਇੱਕ ਦਿਨ 10 ਦਿਨਾਂ ਨੂੰ ਵਧਾ ਸਕਦਾ, 100 ਦਿਨਾਂ ਨੂੰ ਵਧਾ ਸਕਦਾ ਤੇ 1000 ਦਿਨਾਂ ਨੂੰ ਵੀ ਵਧਾ ਸਕਦਾ ਆ। ਹਾਲੇਲੂਇਆ, ਕਿਉਂਕਿ ਪ੍ਰਭੂ ਨੇ ਕੀ ਕਿਹਾ, ਮੈਂ ਕਿੰਨੇ ਗੁਣਾ ਮਲਟੀਪਲਾਈ ਕਰਨਾ ਚਾਹੁੰਦਾ ਆ, 1000 ਗੁਣਾ। ਤਾਂ ਇੱਕ ਦਿਨ ਪਰਮੇਸ਼ਵਰ ਦੇ ਲਈ ਕੱਢੋ। ਜੋ ਤੁਸੀਂ ਅੱਜ ਆਣ ਕੇ ਬੈਠੇ ਆ ਇਹ ਤੁਸੀਂ ਪਰਮੇਸ਼ਵਰ ਲਈ ਨਹੀਂ ਕੱਢਿਆ। ਇੱਥੇ ਪਰਮੇਸ਼ਵਰ ਲਈ ਕੌਣ ਆਇਆ ਹੈ? ਇੱਕ ਵੀ ਨਹੀਂ, ਕੋਈ ਇੱਥੇ ਪਰਮੇਸ਼ਵਰ ਲਈ ਨਹੀਂ ਆਇਆ, ਨਾ ਕੋਈ ਜਣਾ ਪਰਮੇਸ਼ਵਰ ਦੇ ਲਈ ਵਰਤ ਰੱਖਦਾ ਆ। ਅਸੀਂ ਜਦੋਂ ਵਰਤ ਰੱਖਦੇ ਹਾਂ ਕਿਹਦੇ ਲਈ ਰੱਖਦੇ ਹਾਂ? ਖੁਦ ਦੇ ਲਈ ਕਿ ਮੇਰਾ ਕੰਮ ਬਣੇ, ਮੈਨੂੰ ਬੱਚਾ ਪੈਦਾ ਹੋਵੇ, ਮੈਨੂੰ ਧਨ ਮਿਲੇ, ਮੈਨੂੰ ਵੀਜ਼ਾ ਮਿਲੇ, ਮੈਂ 7 ਵਰਤ ਰੱਖੇ, ਮੈਂ 9 ਵਰਤ ਰੱਖੇ, ਮੈਂ 2 ਵਰਤ ਰੱਖੇ, ਜੋ ਵੀ, ਖੁਦ ਦੇ ਲਈ ਆ। ਅਗਰ ਅੱਜ ਅਸੀਂ ਇਸ ਜਗ੍ਹਾ ਤੇ ਬੈਠੇ ਅਸੀਂ ਪ੍ਰਭੂ ਦੇ ਲਈ ਨਹੀਂ ਬੈਠੇ, ਅਸੀਂ ਖੁਦ ਦੇ ਲਈ ਬੈਠੇ ਹਾਂ ਕਿ ਮੈਂ ਚੰਗਾ ਹੋ ਜਾਵਾਂ, ਮੇਰੀਆਂ ਅੱਖਾਂ ਠੀਕ ਹੋ ਜਾਣ, ਮੇਰੇ ਪੈਰ ਠੀਕ ਹੋ ਜਾਣ, ਮੇਰਾ ਜੀਵਨ ਬਦਲ ਜੇ, ਮੇਰੇ ਤੋਂ ਨਸ਼ਾ ਛੁੱਟ ਜਾਵੇ, ਮੇਰੇ ਨਿਆਣੇ ਸੁਧਰ ਜਾਣ, ਗਰੀਬੀ ਚਲੀ ਜਾਵੇ। ਇਹ ਕਿਹਦੀ ਜ਼ਰੂਰਤ ਹੈ? ਸਾਡੀ ਜ਼ਰੂਰਤ ਹੈ। ਅਸੀਂ ਇੱਥੇ ਖੁਦਾ ਲਈ ਨਹੀਂ, ਖੁਦ ਲਈ ਆਏ ਹਾਂ। ਪਰ ਇੱਕ ਦਿਨ ਕੱਢੋ ਜੋ ਖੁਦਾ ਦੇ ਲਈ ਹੋਵੇ, ਉਸ ਦਿਨ ਜਾਓ, ਜਾ ਕੇ ਇਵੈਂਜਲਿਜ਼ਮ ਕਰੋ, ਚਰਚ ਦੇ ਵਿੱਚੋਂ ਬੁੱਕਸ ਲਓ, ਚਰਚ ਦੇ ਵਿੱਚੋਂ ਲੀਫਲੈਟਸ ਲਓ ਔਰ ਜਾ ਕੇ ਲੋਕਾਂ ਦੇ ਵਿੱਚ ਵੰਡਣ ਦਾ ਜਿਹੜਾ ਆ ਉਹ ਕੰਮ ਕਰੋ। ਇੱਕ ਦਿਨ ਚਰਚ ਦੇ ਵਿੱਚ ਆਓ, ਆਣ ਕੇ ਦਰੀਆਂ ਝਾੜੋ, ਟੈਂਟ ਸਟਿਚ ਕਰੋ, ਚੇਅਰਸ ਨੂੰ ਵਾਸ਼ ਕਰੋ, ਇੱਥੇ ਬਹੁਤ ਕੰਮ ਆ। ਉਸ ਕੰਮ ਵਿੱਚ ਉਹ ਕੰਮ ਤੁਹਾਡੀ ਨਿਸ਼ਕਾਮ ਸੇਵਾ ਹੋਵੇ, ਵਿਦਆਊਟ ਐਨੀ ਐਕਸਪੈਕਟੇਸ਼ਨ, ਬਿਨਾਂ ਕੋਈ ਸਵਾਰਥ ਆਪਣੇ ਮਨ ਵਿੱਚ ਰੱਖਿਆ ਤੁਸੀਂ ਉਹ ਸੇਵਾ ਕਰੋ ਔਰ ਤੁਸੀਂ ਦੇਖਿਓ ਜੇ ਤੁਹਾਡੀਆਂ ਹੱਡੀਆਂ ਸਿੱਧੀਆਂ ਨਾ ਹੋ ਜਾਣ, ਜੇਕਰ ਤੁਹਾਡੀਆਂ ਹੱਡੀਆਂ ਨਰੋਈਆਂ ਨਾ ਹੋ ਜਾਣ, ਜੇਕਰ ਤੁਹਾਡੇ ਜਿਸਮ ਦੀਆਂ ਦਰਦਾਂ ਖਤਮ ਨਾ ਹੋ ਜਾਣ, ਤਦ ਗੱਲ ਕਰਨਾ। ਪ੍ਰਭੂ ਤੁਹਾਡੇ ਜਿਸਮ ਨੂੰ ਨਰੋਇਆ ਕਰਨਗੇ, ਕਿਉਂਕਿ ਵਚਨ 'ਚ ਕੀ ਲਿਖਿਆ, ਤੂੰ ਆਪਣੇ ਪਰਮੇਸ਼ਵਰ ਨੂੰ ਕਿਵੇਂ ਪਿਆਰ ਕਰ? ਪੂਰੀ ਜਾਨ ਨਾਲ, ਪੂਰੇ ਜ਼ੋਰ ਦੇ ਨਾਲ, ਪੂਰੇ ਦਿਲ ਦੇ ਨਾਲ, ਮਤਲਬ ਹਰੇਕ ਚੀਜ਼ ਦੇ ਨਾਲ ਪਰਮੇਸ਼ਵਰ ਨੂੰ ਪ੍ਰੇਮ ਕਰਨਾ ਆ। ਅਸੀਂ ਹਰ ਚੀਜ਼ ਦਾ ਦਸਵੰਧ ਕੱਢਣਾ। ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਮੋਦੀਖਾਨੇ ਦੀਆਂ ਚੀਜ਼ਾਂ ਨੂੰ ਬਾਰ ਬਾਰ ਆਟਾ ਖਰਾਬ ਹੋ ਜਾਂਦਾ ਆ, ਰੋਜ਼ ਹੀ ਦੁੱਧ ਫੁੱਟ ਜਾਂਦਾ ਆ, ਲਵੇਰਾ ਨਹੀਂ ਬਣ ਰਿਹਾ, ਦਾਲਾਂ ਨੂੰ ਢੋਰਾ ਲੱਗ ਜਾਂਦਾ ਆ, ਤੁਸੀਂ ਬਣਾਉਂਦੇ ਆ ਬਣਿਆ ਹੋਇਆ ਖਾਣਾ ਖਰਾਬ ਹੋ ਜਾਂਦਾ, ਬਰਕਤ ਨਹੀਂ ਪੈਂਦੀ, ਤੁਸੀਂ ਮਹੀਨੇ ਦਾ ਲੈ ਕੇ ਆਉਂਦੇ 20 ਦਿਨਾਂ ਦੇ ਵਿੱਚ ਮੁੱਕ ਜਾਂਦਾ, ਤੁਸੀਂ ਉਸ ਗਰੋਸਰੀ ਦੇ ਵਿੱਚੋਂ 10ਵਾਂ ਹਿੱਸਾ ਗਰੋਸਰੀ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਆਓ। ਤੁਸੀਂ ਦੇਖਿਓ ਤੁਹਾਡੀ ਗਰੋਸਰੀ ਦੇ ਵਿੱਚ, ਤੁਹਾਡੇ ਰਾਸ਼ਨ ਪਾਣੀ ਦੇ ਵਿੱਚ ਬਰਕਤ ਆ ਜਾਣੀ ਹੈ, ਕਿਉਂਕਿ ਇਹ ਇੱਕ ਵਿਧੀ ਆ, ਇਹ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਇੱਕ ਸਿਧਾਂਤ ਆ। ਅਗਰ ਤੁਸੀਂ ਧਨ ਦੌਲਤ ਦੇ ਵਿੱਚ ਬਲੈਸ ਹੋਣਾ ਆ, ਵਚਨ ਦੇ ਵਿੱਚ ਲਿਖਿਆ ਉਹ ਖੁੱਲ੍ਹ ਦਿਲੀ ਤੇ ਖੁਸ਼ ਦਿਲੀ ਦੇ ਨਾਲ ਦਿੱਤੇ ਹੋਏ ਧਨ ਨੂੰ ਸਵੀਕਾਰ ਕਰਦਾ ਹੈ। ਅਰੇ ਪ੍ਰਭੂ ਦਾ ਦਾਸ ਪੌਲਸ ਉਹ ਕੀ ਕਹਿੰਦਾ ਆ, 9 ਨੰਬਰ ਅਧਿਆਏ 2 ਕੋਰਿੰਥੀਆਂ ਉਹਦੇ ਵਿੱਚ
पांच तो नौ दे बेच इतना लिखा है किन्ना साढे ओण तो पहला ही जो तुसी परमेश्वर दे लई ठहराया होया ना उनु तैयार कर रखियो मतलब ग्राई करन तो पहला जदो तक कोई थोड़े कोले परमेश्वर दे घर दे लई जां प्रभु दे दस सांदियां जरूरतां दे लई किसे भी तरह चंदा इकट्ठा करन दे लई आए ता बहुता टाइम ना लगे कहिंदा तुसी पहला ही तैयारी कर छड्डियो किद्दां दी तैयारी होवे कहिंदा तुसी खुशी नाल दियो कादे वास्ते कहिंदा तां जो जरूरत वेले तुहाडे कोल बहुता होवे असी ਇਹ ਨਹੀਂ ਵੇਟ ਕਰਨੀ ਕੋਈ ਸਾਨੂੰ ਸਮਝਾਵੇ ਫੇਰ ਜਾ ਕੇ ਅਸੀਂ ਕੁਛ ਕੱਢੀਏ ਘਰੋਂ ਡਿਸਾਈਡ ਕਰਕੇ ਆਓ ਕਿ ਮੈਂ ਅੱਜ ਪਰਮੇਸ਼ਵਰ ਦੇ ਘਰ ਦੇ ਵਿੱਚ ਆਹ ਚੰਗੀ ਚੀਜ਼ ਲੈ ਕੇ ਜਾਵਾਂਗਾ ਔਰ ਤਿਆਰ ਰਹੋ ਉਹਦੇ ਲਈ ਬਲੈਸਿੰਗ ਬੋਲਦੇ ਰਹੋ ਉਹਦੇ ਲਈ ਕਿ ਇਹ ਮੇਰੇ ਲਈ ਪਿੱਤਲ ਦੀ ਚਾਦਰ ਨੂੰ ਫਾੜੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਇਹ ਮੇਰੇ ਲਈ ਲੋਹੇ ਦੀਆਂ ਜ਼ੰਜੀਰਾਂ ਨੂੰ ਤੋੜ ਦੇਵੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇਹ ਜਿਹੜਾ ਬੀਜ ਆ ਇਹ ਮੇਰੇ ਲਈ ਬੰਦ ਦਰਵਾਜ਼ਿਆਂ ਨੂੰ ਖੋਲੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹ ਬੀਜ ਨਹੀਂ ਆ ਇਹ ਮੇਰੀ ਬਰਕਤ ਦੀ ਚਾਬੀ ਆ ਇਹ ਉਹ ਬੀਜ ਆ ਜੋ ਅੱਜ ਪਰਮੇਸ਼ਵਰ ਦੀ ਨਜ਼ਰ ਵਿੱਚ ਪਸੰਦ ਕੀਤਾ ਜਾਏਗਾ ਇਹ ਪਰਮੇਸ਼ਵਰ ਦੀ ਨਜ਼ਰ 'ਚ ਉੱਤਮ ਗਿਣਿਆ ਜਾਏਗਾ ਔਰ ਇਹ ਬੀਜ ਨਹੀਂ ਹੈ ਮੇਰੀ ਆਉਣ ਵਾਲੇ ਸਮੇਂ ਦੀ ਗਵਾਹੀ ਹੈ ਹਾਲੇਲੂਇਆ